ਜੀਤ ਕੋ ਟਵੀ YouTube ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ ਹੋਵੋਗੇ। ਤੁਹਾਡੀ ਤੰਦਰੁਸਤੀ ਦੀ ਤੇ ਕਾਮਯਾਬੀ ਦੀ ਮੈਂ ਕਾਮਨਾ ਕਰਦੀ ਹਾਂ। ਅੱਜ ਪੂਰੇ ਸੰਸਾਰ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਵੈਸੇ ਤਾਂ ਗੁਰੂ ਜੀ ਦਾ ਜਨਮ ਦਿਨ ਕਿਸੇ ਹੋਰ ਮਹੀਨੇ ਚੰਦਾ ਹੈ। ਪਰ ਅੱਜ ਦੇ ਦਿਨ ਸੰਸਾਰ ਦੇ ਵਿੱਚ ਪੂਰੇ ਜਗਤ ਦੇ ਵਿੱਚ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਗੁਰੂਪੁਰਬ ਦੀਆਂ ਸਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਹੀ ਸਿੱਖ ਸੰਗਤ ਨੂੰ ਸਿੱਖ ਜਗਤ ਨੂੰ ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜਿਹੜੇ-ਜਿਹੜੇ ਵੀ ਗੁਰੂ ਸਾਹਿਬ ਨੂੰ ਮੰਨਦੇ ਨੇ ਮੈਂ ਕੋਈ ਬਹੁਤ ਵੱਡਾ ਫਲਸਫੇ ਨਹੀਂ ਰਿਲੀਜੀਅਸ ਬੰਦਾ ਨਹੀਂ ਪਰ ਹਾਂ ਜਦੋਂ ਤੋਂ ਮੈਨੂੰ ਖੁਸ਼ ਆਈ ਹੈ ਉਦੋਂ ਤੋਂ ਹੁਣ ਤੱਕ ਮੈਂ ਸਿਰਫ ਇੱਕ ਹੀ ਗੁਰੂ ਨੂੰ ਮੰਨਿਆ ਹੈ ਤਾਂ ਉਹ ਉਹੀ ਗੁਰੂ ਨੇ ਜਿਨ੍ਹਾਂ ਨੂੰ ਕੋਈ ਵੀ ਸਟੂਡੈਂਟ ਆਪਣਾ ਟੀਚਰ ਕਹਿ ਲੈ ਪ੍ਰਾਊਡ ਫੀਲ ਕਰਦਾ ਹੈ ਤਾਂ ਜਿੱਦਾਂ ਜਿੱਦਾਂ ਵੱਡੇ ਹੁੰਦੇ ਆਏ ਆਂ ਔਰ ਅੱਜ ਜਿਸ ਸਟੇਜ ਤੇ ਪਹੁੰਚੇ ਆਂ ਜਿਸ ਉਮਰ ਦੇ ਵਿੱਚ ਹਾਂ ਹੋਰ ਜ਼ਿਆਦਾ ਗਹਿਰਾਈ ਨਾਲ ਉਹਨਾਂ ਦੀਆਂ ਸਿੱਖਿਆ ਉਹਨਾਂ ਦੇ ਟੀਚਿੰਗਸ ਸਮਝ ਆਉਣ ਲੱਗੇ ਨੇ ਤਾਂ ਉਹ ਜਿਹੜਾ ਸ਼ਬਦ ਅੱਜ ਮੈਂ ਸੁਣਿਆ ਸੀਗਾ ਔਰ ਸਾਰੀ ਦੁਨੀਆ ਦੇ ਵਿੱਚ ਹੀ ਸ਼ਾਇਦ ਉਹ ਸ਼ਬਦ ਗਾਇਆ ਜਾਂਦਾ ਹੋਣਾ ਹੈ ਮਿੱਟੀ ਤੋੜ ਦੇ ਚੱਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਦੇਰ ਬਲੋਆ ਤਨ ਗੁਰੂ ਨਾਨਕ ਪ੍ਰਗਟਿਆ ਤਾਂ ਉਹ ਜਿਹੜਾ ਪ੍ਰਗਟ ਹੋਣ ਦਾ ਜਿਹੜਾ ਸ਼ਬਦ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਅੱਜ ਅਸੀਂ ਦੇਖੀਏ ਜਿਸ ਟਾਈਮ ਗੁਰੂ ਜੀ ਦਾ ਜਨਮ ਹੋਇਆ ਉਸ ਟਾਈਮ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਸਮਾਜਿਕ ਪ੍ਰਥਾਵਾਂ ਸੀਗੀਆਂ ਛੂਆ-ਛੂਤ ਉੱਚ-ਨੀਚ ਦੀਆਂ ਜਾਤੀਵਾਦ ਦੀਆਂ ਬਹੁਤ ਹੀ ਜ਼ਿਆਦਾ ਛੂਆ-ਛੂਤ ਸੀਗਾ ਤਾਂ ਮੈਂ ਸੋਚਦੀ ਹਾਂ ਕਿ ਉਹਨਾਂ ਦਾ ਜਨਮ ਹੀ ਇੱਕ ਪ੍ਰਕਾਸ਼ ਸੀਗਾ ਪ੍ਰਕਾਸ਼ ਦੀ ਉਹ ਲੋ ਲੈ ਕੇ ਆਇਆ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕਰੋੜਾਂ ਨੂੰ ਨਵਾਂ ਗਿਆਨ ਦਿੱਤਾ ਸਿੱਖਿਆ ਦਿੱਤੀ ਪ੍ਰਮਾਤਮਾ ਦਾ ਉਹ ਸੰਦੇਸ਼ ਦਿੱਤਾ ਕੀ ਅਸੀਂ ਇੱਕ ਆਂ ਇਨਸਾਨ ਜਿਹੜੇ ਨੇ ਪੈਦਾ ਹੋਣ ਤੋਂ ਬਾਅਦ ਵੰਡੇ ਗਏ ਨੇ ਪਰ ਉਸ ਟਾਈਮ ਜਦੋਂ ਉਹਨਾਂ ਦਾ ਜਨਮ ਹੋਇਆ ਉਦੋਂ ਇਹ ਸਾਰੀਆਂ ਗੱਲਾਂ ਔਰ ਉਹਨਾਂ ਦੇ ਜੋ ਟੀਚਿੰਗਸ ਨੇ ਅੱਜ ਜਦੋਂ ਅਸੀਂ ਸਮਝਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹਨਾਂ ਕੋਲ ਕਿਹੜੀ ਲੈਵਲ ਦਾ ਉਹ ਗਿਆਨ ਸੀਗਾ ਜੋ ਅੱਜ ਵੀ ਸਾਇੰਟਿਫਿਕ ਹਿਸਾਬ ਨਾਲ ਦੇਖਿਆ ਜਾਏ ਤਾਂ ਅੱਜ ਵੀ ਲਾਗੂ ਹੈ ਉਹ ਲੌਜੀਕਲ ਹੈਗਾ ਔਰ ਅਗੂ ਵੀ ਜੜੀਆਂ ਪੀੜੀਆਂ ਹੋਣਗੀਆਂ ਜੜੀਆਂ ਵੀ ਗੁਰੂ ਜੀ ਨੂੰ ਜਾਣਣਗੀਆਂ ਤਾਂ ਉਹ ਵੀ ਉਸ ਟਾਈਮ ਦੇ ਹਿਸਾਬ ਨਾਲ ਵੀ ਉਹ ਉਨਾ ਹੀ ਵਿਗਿਆਨਿਕ ਗਿਆਨ ਹੋਏਗਾ ਕਿ ਗੁਰੂ ਜੀ ਦੀ ਉਹ ਕਿਹੜੀ ਸਿੱਖਿਆ ਸੀਗੀ ਉਹ ਕਿਹੜਾ ਗਿਆਨ ਸੀਗਾ ਜੋ ਉਹ ਉਸ ਟਾਈਮ ਦੇ ਗਏ ਸਾਊਥ ਏਸ਼ੀਆ ਨੂੰ ਜੋ ਅੱਜ ਪੂਰੇ ਦੁਨੀਆ ਦੇ ਵਿੱਚ ਹੈ ਤਾਂ ਸਮਝ ਆਂਦਾ ਹੈ ਕਿ ਰੋਹਾਨੀ ਗਿਆਨ ਸੀਗਾ ਜੋ ਸਾਨੂੰ ਇੱਕ ਹੋਣ ਦਾ ਤੇ ਪ੍ਰਮਾਤਮਾ ਦੇ ਇੱਕ ਹੋਂ ਦਾ ਤੇ ਇਨਸਾਨੀ ਹੋਂ ਦਾ ਇੱਕ ਹੋਂ ਦਾ ਸਬਕ ਦਿੰਦਾ ਹੈ ਉਸ ਦੇ ਭਾਵ ਯੁੱਧ ਅੱਜ ਅਸੀਂ ਸਾਰੇ ਹੀ ਜੀਓਗ੍ਰਾਫੀਕਲ ਬਾਉਂਡਰੀਜ਼ ਦੇ ਵਿੱਚ ਵੰਡੇ ਹੋਏ ਹਾਂ ਪਰ ਇੱਕ ਖੁਸ਼ੀ ਦੀ ਗੱਲ ਹੈ ਕਿ ਵੰਡੇ ਹੋਏ ਵੀ ਹਾਂ ਤਾਂ ਉਸ ਧਰਤੀ ਤੇ ਹਾਂ ਜਿੱਥੇ ਜਾਤ ਪਾਤ ਛੂਤ ਨਹੀਂ ਹੈਗੀ ਪਰ ਥੋੜਾ ਬੋਤਾ ਕਿਉਂਕਿ ਪਰਦੇਸਾਂ ਦੀ ਧਰਤੀ ਤੇ ਬੈਠੇ ਹਾਂ ਤਾਂ ਥੋੜਾ ਜਿਹਾ ਫਰਕ ਤਾਂ ਪੈਂਦਾ ਹੈ ਕਿਉਂਕਿ ਅਸੀਂ ਉਹਨਾਂ ਦੇ ਹੱਕ ਲੈਏ ਆ ਉਹਨਾਂ ਦੀ ਕੰਮ ਵੰਡੇ ਆ ਉਹਨਾਂ ਦੀ ਜਗਾ ਵੰਡੀ ਐ ਤਾਂ ਉਹ ਠੀਕ ਐ ਸਾਨੂੰ ਵੀ ਸਮਝਣਾ ਹੀ ਪੈਗਾ ਉਸ ਚੀਜ਼ ਨੂੰ ਤਾਂ ਹੌਲੀ-ਹੌਲੀ ਉਹਨਾਂ ਨੂੰ ਵੀ ਸਾਡੀ ਆਦਤ ਪੈ ਜਾਏਗੀ ਪਰ ਗੱਲ ਇਹ ਹੈ ਕਿ ਜਿਹੜਾ ਅੰਧੇਰਾ ਮਿਟਾਉਣ ਦੀ ਕੋਸ਼ਿਸ਼ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਕਿ ਉਹ ਉਹਨਾਂ ਦੇ ਜਨਮ ਸਥਾਨ ਤੇ ਮਤਲਬ ਕਿ ਜਿੱਥੇ ਆਪਾਂ ਹੈਗੇ ਆ ਜਿਹੜੇ ਵੀ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਹਾਂ ਕੀ ਅੱਜ ਅਸੀਂ ਉਹ ਜਾਤਾਂ ਪਾਤਾਂ ਦਾ ਭੇਦ ਮਿਟਾ ਕੇ ਹਿਊਮਨ ਬੀਇੰਗ ਬੀਇੰਗ ਅ ਹਿਊਮਨ ਐਂਡ ਹਿਊਮਨ ਬੀਇੰਗ ਹੋੰਦਾ ਸਬਕ ਅਸੀਂ ਗੁਰੂ ਜੀ ਕੋਲੋਂ ਲਿਆ ਕਿ ਅੱਜ ਵੀ ਅਸੀਂ ਆਪਣੇ ਨਾਵਾਂ ਦੇ ਅੱਗੇ ਆਪਣੀ ਜਾਤਾਂ ਨਹੀਂ ਲਿਖਦੇ ਜਾਤਾਂ ਲਿਖਣ ਦਾ ਮਤਲਬ ਇਹੀ ਹੈ ਨਾ ਕਿ ਅਸੀਂ ਫਲਾਣੀ ਜਾਤ ਤੋਂ ਆ ਸਾਡਾ ਪਿਛੋਕੜ ਇਹ ਹੈ ਤੇ ਜੇ ਸਾਡਾ ਪਿਛੋਕੜ ਇਹੀ ਏ ਹੈ ਤਾਂ ਫਿਰ ਗੁਰੂ ਸਾਹਿਬ ਜੀ ਦਾ ਕੀ ਪਿਛੋਕੜ ਸੀਗਾ ਫਿਰ ਤਾਂ ਗੁਰੂ ਸਾਹਿਬ ਵੀ ਵੰਡੇ ਜਾਣਗੇ ਤਾਂ ਬਸ ਉਨ੍ਹਾਂ ਦਾ ਪ੍ਰਕਾਸ਼ ਉਤਸਵ ਮਨਾਉਂਦਾ ਸਿਰਫ ਇੱਕ ਹੀ ਮਕਸਦ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਦਿੱਤੀ ਹੋਈਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨਾ ਹੈ। ਉਨ੍ਹਾਂ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਅ ਇਸਤੇਮਾਲ ਕਰਨਾ ਹੈ ਤਾਂ ਹੀ ਉਹਦਾ ਫਾਇਦਾ ਹੋਏਗਾ। ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਟੀਚਿੰਗਸ ਨੂੰ ਪ੍ਰੈਕਟੀਕਲ ਲਾਈਫ 'ਚ ਆ ਕੇ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਪੋਲਿਟਿਕਲ এজেন্ডੇ ਦੇ, ਬਿਨਾਂ ਕਿਸੇ ਕੁਰਸੀ ਦੇ ਲਾਲਚ ਦੇ ਬਿਨਾ ਕਿਸੇ ਫਾਈਨੈਂਸ਼ੀਅਲ ਬੇਨਿਫਿਟ ਦੇ ਅਗਰ ਅਸੀਂ ਇੱਕ ਇਨਸਾਨ ਵੀ ਉਹ ਲੈ ਕੇ ਅੱਗੇ ਆਣਗੇ ਨਾ ਤਾਂ ਇੱਥੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਵੀ ਲਾਗੂ ਹੋ ਜਾਏਗੀ ਕਿ ਸਵਾ ਲੱਖ ਸੇ ਇੱਕ ਲੜਾਉ ਤੇ ਇੱਕ ਸਿੱਖ ਵੀ ਅਗਰ ਸੱਚੇ ਦਿਲ ਨਾਲ ਇਹ ਸਾਰੀਆਂ ਚੀਜ਼ਾਂ ਜੋ ਮੈਂ ਹੁਣ ਬੋਲੀਆਂ ਨੇ ਉਸ ਨੂੰ ਲੈ ਕੇ ਅੱਗੇ ਵਧੇਗਾ ਨਾ ਤਾਂ ਮੈਨੂੰ ਲੱਗਦਾ ਹੈ ਕਿ ਆਪਣੀ ਜ਼ਿੰਦਗੀ 'ਚ ਅਸੀਂ ਸਵਾ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲਦੇ ਆਂ ਤਾਂ ਉਹਨਾਂ ਦੇ ਦਿੱਤੇ ਹੋਏ ਬਾਣੀ ਉਹਨਾਂ ਦੇ ਦਿੱਤੇ ਹੋਏ ਬਚਨ ਔਰ ਉਹਨਾਂ ਦੀ ਸਿੱਖਿਆਵਾਂ ਨੂੰ ਆਪਣੇ ਅੰਦਰ ਔਰ ਦੂਜਿਆਂ ਦੇ ਨਾਲ ਉਦਾਂ ਦਾ ਵਰਤਾਰਾ ਕਰੀਏ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋ ਵੀ ਸਿੱਖਿਆਵਾਂ ਨੇ ਜੋ ਵੀ ਸਾਨੂੰ ਸਬਕ ਦਿੱਤੇ ਨੇ ਉਹਨਾਂ ਨੂੰ ਅਸੀਂ ਜ਼ਿੰਦਾ ਰੱਖੀਏ ਜਦੋਂ ਉਹਨਾਂ ਦੀ ਸਿੱਖਿਆਵਾਂ ਉਹਨਾਂ ਦੇ ਸ਼ਬਦ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਲੈ ਕੇ ਵੰਡਾਂਗੇ ਨਾ ਉਸ ਸੋਚ ਨੂੰ ਜ਼ਿੰਦਾ ਰੱਖਾਂਗੇ ਤਾਂ ਗੁਰੂਪੁਰਬ ਹਰ ਰੋਜ ਹੋਏਗਾ ਮੈਂ ਇਸ ਚੀਜ਼ ਤੇ ਬਹਿਸ ਵੀ ਨਹੀਂ ਕਰਨਾ ਚਾਹੁੰਦੀ ਔਰ ਮੈਨੂੰ ਪਤਾ ਹੈ ਕਿ politcal involvement ਹੈ ਕਿ ਗੁਰੂ ਸਾਹਿਬ ਦੇ ਦੋ ਜਨਮ ਦਿਨ ਨੇ ਪਰ ਮੈਂ ਚਾਹਨੀ ਆ ਕਿ ਗੁਰੂ ਸਾਹਿਬ ਦਾ ਜਨਮ ਦਿਨ ਹਰ ਰੋਜ ਹੋਵੇ ਸਾਡੇ ਉਹ ਸਾਰਿਆਂ ਦੇ ਵਿੱਚ ਉਹਨਾਂ ਦੀ ਸਿੱਖਿਆਵਾਂ ਦਿਮਾਗ ਦੇ ਵਿੱਚ ਬੈ ਕੇ ਪ੍ਰੈਕਟੀਕਲ ਲਾਈਫ ਦੇ ਵਿੱਚ ਹੋ ਕੇ ਸਾਰੀ ਦੁਨੀਆ ਦੇ ਵਿੱਚ ਫੈਲਣ ਜਿੱਦਾਂ ਜਗਤ ਗੁਰੂ ਦਾ ਉਹਨਾਂ ਨੂੰ ਦਰਜਾ ਮਿਲਿਆ ਹੈ ਉਦਾਂ ਹੀ ਹੋਰ ਜ਼ਿਆਦਾ ਫੈਲੇਗਾ ਕਿਉਂਕਿ ਉਹਨਾਂ ਦੇ ਜੋ ਸਿੱਖਿਆਵਾਂ ਨੇ ਉਹ ਨਾਰਮਲ ਨਹੀਂ ਹੈ ਔਰ ਮੈਂ ਪ੍ਰਾਊਡ ਫੀਲ ਕਰਦੀ ਆਂ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਔਰ ਉਹ ਕਾਬਿਲ ਨੇ ਇਸ ਚੀਜ਼ ਦੇ ਕਿ ਪੂਰੀ ਦੁਨੀਆ ਉਹਨਾਂ ਨੂੰ ਆਪਣਾ ਟੀਚਰ ਸਮਝੇ ਗੁਰੂ ਸਮਝੇ ਔਰ ਉਹਨਾਂ ਦੇ ਦਿੱਤੇ ਹੋਏ ਗਿਆਨ ਨੂੰ ਉਹਨਾਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੀ ਲਾਈਫ ਦੇ ਵਿੱਚ ਪ੍ਰੈਕਟੀਕਲੀ ਅਪਰੋਚ ਨਾਲ ਲੈ ਕੇ ਚੱਲਣ ਤਾਂ ਹੀ ਇਸ ਗੁਰਪੁਰਬ ਦਾ ਔਰ ਹਰ ਸਾਲ ਗੁਰਪੁਰਬ ਮਨਾਉਣ ਦਾ ਪ੍ਰੋਪਰ ਅਸਰ ਦਿਖੇਗਾ ਔਰ ਸ਼ਾਇਦ ਗੁਰੂ ਸਾਹਿਬ ਵੀ ਇਸੇ ਚੀਜ਼ ਲਈ ਖੁਸ਼ ਹੋਣਗੇ ਔਰ ਇੱਕ ਚੀਜ਼ ਮੈਂ ਹੋਰ ਕਹਿਣੀ ਆ ਕਿ ਉਗਰਾਹੀ ਲੈਣ ਦਾ ਇੱਕ ਸਿਸਟਮ ਹੈ ਜੋ ਕਿ ਚੱਲਿਆ ਆਇਆ ਬਹੁਤ ਸਾਲਾਂ ਤੋਂ ਔਰ ਆਪ ਸਾਰੇ ਇਹ ਕਰਦੇ ਹਾਂ ਕਿਉਂਕਿ ਸੇਵਾ ਦਾ ਸ਼ਰਮਦਾਨ ਕਿਸੇ ਵੀ ਟਾਈਪ ਦਾ ਦਾਨ ਦੇਣਾ ਵਧੀਆ ਹੁੰਦਾ ਪਰ ਮੈਂ ਅੱਜ ਇਸ ਚੀਜ਼ ਤੇ ਕੱਲ ਕਰਨਾ ਚਾਹਨੀ ਆ ਕਿ ਗੁਰੂ ਸਾਹਿਬ ਜੀ ਨੇ ਜਿੱਦਾਂ ਇਹ ਚੀਜ਼ ਸਮਝਾਈ ਸੀਗੀ ਕਿ ਗੁਰੂਆਂ ਦੇ ਨਾਂ ਤੇ ਜੋ ਦਾਨ ਲੈਂਦੇ ਨੇ ਜੋ ਉਗਰਾਹੀ ਕਰਦੇ ਨੇ ਤਾਂ ਸੂਰਜ ਨੂੰ ਪਾਣੀ ਨਹੀਂ ਪੁੱਜਦਾ ਗੁਰੂ ਨਾਨਕ ਦੇ ਖੇਤਾਂ ਨੂੰ ਵੀ ਪਾਣੀ ਨਹੀਂ ਪੁੱਜਿਆ ਤਾਂ ਸਾਡੇ ਦਿੱਤੇ ਹੋਏ ਪੈਸੇ ਸਾਡੇ ਨਾਨਕ ਤੱਕ ਨਹੀਂ ਪਹੁੰਚਣੇ ਤਾਂ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਪ੍ਰੇਸ਼ ਕਰੀਏ ਔਰ ਦੂਸਰੀ ਜਿਹੜੀ ਗੱਲ ਹੈ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਲੈ ਕੇ ਅੱਗੇ ਆਈਏ ਤਾਂ ਕਿ ਗੁਰੂ ਸਾਹਿਬ ਹਰ ਖਰਚ ਹੋਂਨ ਔਰ ਉਹਨਾਂ ਦਾ ਗੁਰਪੁਰਪ ਉਹੀ ਸਿੱਖਿਆ ਸਾਨੂੰ ਹਰ ਸਾਲ ਸਮਝਾਉਂਦਾ ਹੈ ਤਾਂ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਆਪਣੀ ਦਿੱਤੀ ਹੋਈ ਸਿੱਖਿਆ ਮੇਰੇ ਜੀਵਨ ਦੇ ਵਿੱਚ ਤੇ ਤੁਹਾਨੂੰ ਮੰਨਣ ਵਾਲੇ ਉਹਨਾਂ ਸਾਰਿਆਂ ਦੇ ਜੀਵਨ ਦੇ ਵਿੱਚ ਇਦਾਂ ਹੀ ਨਜ਼ਰ ਆਏ ਹਰ ਇਨਸਾਨ ਨੂੰ ਬਹੁਤ ਕੁਝ ਕਹਿ ਸਕਦੀ ਹਾਂ ਪਰ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਪਰ ਫਿਰ ਵੀ ਗਾਣਾ ਬਣਦਾ ਹੈ ਮੇਰਾ ਕਿਉਂਕਿ ਮੈਂ ਅਗਰ ਨਾ ਬੋਲੀ ਅੱਜ ਵੀ कि जो बोझ गुरु साहिब ਤੁਸੀਂ ਮੇਰੇ ਮੋਢਿਆਂ ਤੋਂ ਉਠਾਤਾ ਮੈਂ ਬਹੁਤ ਹੀ ਦੱਬੀ ਹੋਈ ਸੀ ਉਹਨਾਂ ਦੇ ਥੱਲੇ ਤੁਸੀਂ ਮੈਨੂੰ ਜਿੰਦੇ ਜੀ ਹਲੇ ਵੀ ਬਹੁਤ ਜ਼ਿੰਦਗੀ ਬਾਕੀ ਹੈ ਤੁਸੀਂ ਮੈਨੂੰ ਜ਼ਿੰਦਗੀ ਦਾ ਸਹੀ ਅਰਥ ਸਮਝਾਤਾ ਸ਼ਾਇਦ ਤੁਹਾਡੀ ਇਹ ਹੀ ਮਰਜ਼ੀ ਹੈ ਔਰ ਅੱਗੇ ਵੀ ਇਦਾਂ ਹੀ ਆਪਣਾ ਹੱਥ ਸਿਰ ਤੇ ਰੱਖਣਾ ਅੰਗਸੰਗ ਰਹਿਣਾ ਸਾਰਿਆਂ ਦੇ ਪਰਿਵਾਰਾਂ ਚ ਖੁਸ਼ੀਆਂ ਤੰਦਰੁਸਤੀਆਂ ਬਖਸ਼ੀਆਂ ਮੈਂ ਤੁਹਾਡੇ ਅੱਗੇ ਇਹੀ ਅਰਦਾਸ ਕਰਦੀ ਆ ਕਿ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਤੇ ਤੰਦਰੁਸਤੀਆਂ ਤੇ ਆਪਣਾ ਨਾਮ ਬਖਸ਼ਣਾ ਆਪਣੇ ਦਿੱਤੀਆਂ ਇਹ ਸਿੱਖਿਆਵਾਂ ਨੂੰ ਆਪਣੇ ਜੀਵਨ ਜੀਵਨ ਚ ਉਤਾਰ ਕੇ ਅਸੀਂ ਦੂਸਰਿਆਂ ਦਾ ਕੁਝ ਭਲਾ ਕਰ ਸਕੀਏ ਇਸ लायक ਬਣਾਣਾ ਇਹਨੇ ਸਮਰੱਥਾ ਬਖਸ਼ਣਾ ਸਾਰੇ ਜਣੇ ਮਿਲ ਕੇ ਗੁਰਪੁਰਬ ਮਨਾਈਏ ਉਹਨਾਂ ਦੇ ਨਾਲ ਉਹਨਾਂ ਦੀ ਸਿੱਖਿਆਵਾਂ ਦੇ ਨਾਲ Keep watching Chitka TV YouTube.